ਦਰਬਾਰ ਧੰਨ ਧੰਨ ਪੀਰ ਬਾਬਾ ਨੌ ਗਜਾ ਜੀ ਦਾ 3 ਰੋਜ਼ਾ ਸਾਲਾਨਾ ਜੋੜ ਮੇਲਾ ਸਮੂਹ ਨਗਰ ਦੀ ਸਾਧ ਸੰਗਤ NRI ਵੀਰਾਂ ਭੈਣਾਂ ਅਤੇ ਦਰਬਾਰ ਧੰਨ ਧੰਨ ਬਾਬਾ ਪੀਰ ਨੌ ਗਜਾ ਜੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। 26 ਜੂਨ ਦਿਨ ਬੁੱਧਵਾਰ ਨੂੰ ਝੰਡੇ ਦੀ ਰਸਮ ਬੀਬੀ ਸ਼ਰੀਫਾ ਜੀ ਉਦੇਸੀਆਂ ਵਾਲੇ ਵੱਲੋਂ ਨਿਭਾਈ ਗਈ। ਇਸ ਮੌਕੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। 27 ਜੂਨ ਦਿਨ ਵੀਰਵਾਰ ਨੂੰ ਸਵੇਰੇ ਕਵਾਲੀਆਂ ਅਤੇ ਰਾਤ ਨੂੰ ਨਕਲਾਂ ਦਾ ਪ੍ਰੋਗਰਾਮ ਬੜੇ ਹੀ ਉੱਘੇ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ। ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਠੰਡੇ ਮਿੱਠੇ ਜਲ ਅਤੇ ਲੱਸੀ ਦੀਆਂ ਛਬੀਲਾਂ ਲਗਾਈਆਂ ਗਈਆਂ। ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ। 28 ਜੂਨ ਦਿਨ ਸ਼ੁੱਕਰਵਾਰ ਨੂੰ ਹੋਰ ਉੱਘੇ ਕਲਾਕਾਰਾਂ ਵੱਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸ਼ਾਮ ਨੂੰ ਛਿੰਝ ਕਰਵਾਈ ਗਈ, ਜਿਸ ਵਿੱਚ ਨਾਮੀ ਪਹਿਲਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਦਰਬਾਰ ਧੰਨ ਧੰਨ ਬਾਬਾ ਪੀਰ ਨੌ ਗਜਾ ਦੀ ਪ੍ਰਬੰਧਕ ਕਮੇਟੀ ਵੱਲੋਂ ਸੀਨੀਅਰ ਆਪ ਆਗੂ ਅਸ਼ੋਕ ਕੁਮਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਪਰਮਜੀਤ ਸਾਬੀ ਦੀ ਆਦਮਪੁਰ ਤੋਂ ਵਿਸ਼ੇਸ਼ ਰਿਪੋਰਟ। ਚੰਡੂ ਸਿੰਘ ਦਾ ਦਿੱਤੇ ਉਹਨੂੰ ਮਾਰੇ ਬਾਅਦ ਕਪੂਰ ਪਿੰਡ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਗਿਆ, ਜੋ ਕਿ 41ਵਾਂ ਸਾਲਾਨਾ ਜੋੜ ਮੇਲਾ ਸੀ। ਇਹ ਜਿਹੜਾ ਮੇਲਾ NRI ਵੀਰਾਂ ਦੇ ਸਹਿਯੋਗ ਦੇ ਨਾਲ ਅਤੇ ਪਿੰਡ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ, ਜੋ ਕਿ ਅੱਜ 3 ਦਿਨਾਂ ਦਾ ਜੋੜ ਮੇਲਾ ਅੱਜ ਸਮਾਪਤ ਹੋਇਆ। ਅਸੀਂ ਧੰਨਵਾਦ ਕਰਦੇ ਹਾਂ NRI ਵੀਰਾਂ ਦਾ, ਪਿੰਡ ਦੇ ਸੱਜਣਾਂ ਦਾ, ਜਿਨ੍ਹਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਬਹੁਤ ਵਧੀਆ ਮੇਲਾ ਮਨਾਇਆ ਗਿਆ। ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਪੂਰੇ ਨਗਰ ਦਾ, ਕਮੇਟੀ ਦਾ। ਕਮੇਟੀ ਨੇ ਬਹੁਤ ਸਹਿਯੋਗ ਦਿੱਤਾ, ਬਹੁਤ ਵਧੀਆ ਕੰਮ ਕੀਤਾ। ਧੰਨਵਾਦ ਆ ਸਾਰੇ ਪਿੰਡ ਵਾਲਿਆਂ ਦੇ ਅਤੇ NRI ਵੀਰਾਂ ਦਾ, NRI ਵੀਰਾਂ ਦਾ, ਉਹਨਾਂ ਬੱਚਿਆਂ ਦਾ, ਬਹੁਤ ਸਰਕਾਰਯੋਗ ਹਾਂ, ਬਹੁਤ ਸਰਕਾਰਯੋਗ।